ਸੋ ਜੀ ਏਕਤਾ ਸੈਣੀ ਹੈ ਮੇਰੇ ਨਾਲ, ਉਹਨਾਂ ਦਾ ਵੀਜ਼ਾ ਆਇਆ, ਕੈਨੇਡਾ ਜਾ ਰਹੇ ਨੇ ਅੱਜ। ਸੋ ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਮੈਮ, ਹੈਪੀ ਹੋ? ਯੈਸ ਮੈਮ, ਸੋ ਮਚ। ਸੋ ਕਿੱਥੇ ਜਾ ਰਹੇ ਹੋ, ਕੈਨੇਡਾ ਕਿਹੜੇ ਕਾਲਜ ਦੇ ਵਿੱਚ ਜਾ ਰਹੇ ਹੋ? ਮੈਮ ਨਾਇਗਰਾ ਕਾਲਜ, ਵੈਲੈਂਟ ਕੈਂਪਸ। ਓਕੇ ਓਕੇ, ਅਤੇ ਕਿੱਦਾਂ ਦੀ ਐਕਸਾਈਟਮੈਂਟ ਹੈਗੀ ਆ ਉਹ ਜਾਣ ਦੀ, ਕਿਉਂਕਿ ਨਿਊ ਲਾਈਫ, ਨਿਊ ਕੰਟਰੀ? ਮੈਮ ਬਹੁਤ ਜ਼ਿਆਦਾ, ਇੱਕ ਨਿਆ ਚੈਪਟਰ ਸਟਾਰਟ ਹੋ ਰਿਹਾ ਮੇਰੀ ਲਾਈਫ ਕਾ, ਔਰ ਇੱਕ ਅੱਛਾ ਸਾ ਐਕਸਪੀਰੀਅੰਸ ਹੈ ਮੁਝੇ। ਫਾਈਨਲੀ ਮੇਰਾ ਡ੍ਰੀਮ ਪੂਰਾ ਰਿਹਾ ਇੰਟਰਨੈਸ਼ਨਲ ਸਟੱਡੀਜ਼ ਕੇ ਲੀਏ, ਔਰ ਮੁਝੇ ਆਪਣੀ ਸਟੱਡੀਜ਼ ਪੇ ਫੋਕਸ ਕਰਨਾ ਔਰ ਆਪਣਾ ਬੈਸਟ ਦੇ ਕੇ ਹੀ ਆਪਣੀ ਕੰਟਰੀ ਕੋ ਆਪਣੀ ਸਰਵਿਸਿਜ਼ ਦੇਣੀ ਹੈ। ਐਂਡ ਥੈਂਕਸ ਟੂ ਲੈਂਡਮਾਰਕ ਜਿਹਨੇ ਮੇਰੀ ਡ੍ਰੀਮ ਕੋ ਫੁਲਫਿਲ ਕੀ ਹੈ, ਔਰ ਮੈਂ ਰਿਕਮੈਂਡ ਕਰੂੰਗੀ ਈਵਨ ਅਦਰ ਸਟੂਡੈਂਟਸ ਕੋ ਵੀ ਕਿ ਉਹ ਪਲੀਜ਼ ਆਪਣੀ ਫਾਈਲ ਕੇ ਲੀਏ ਯਹਾਂ ਪੇ ਵਨ ਟਾਈਮ ਐਟਲੀਸਟ ਵਿਜ਼ਿਟ ਜ਼ਰੂਰ ਕਰੇ। ਲੈਂਡਮਾਰਕ ਦੀ ਆਪਾਂ ਗੱਲ ਕਰੀਏ ਤਾਂ ਵਾਕਈ ਜਿੰਨੇ ਵੀ ਸਟੂਡੈਂਟਸ ਬੈਠੇ ਨੇ ਸਭ ਦਾ ਡ੍ਰੀਮ ਲੈਂਡਮਾਰਕ ਨੇ ਪੂਰਾ ਕੀਤਾ, ਅਤੇ ਹੁਣ ਤੱਕ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦਾ ਡ੍ਰੀਮ ਮੇਰੇ ਖਿਆਲ 'ਚ ਲੈਂਡਮਾਰਕ ਵੱਲੋਂ ਪੂਰਾ ਹੋ ਚੁੱਕਾ। ਮੈਂ ਸਭ ਤੋਂ ਪਹਿਲਾਂ ਹੁਣ ਮੈਂ ਏਕਤਾ ਦਾ ਬਹੁਤ ਐਕਸਾਈਟਮੈਂਟ ਨਾ ਵਧਾਵਾਂ, ਉਹਨਾਂ ਦਾ ਵੀਜ਼ਾ ਹੈਂਡਓਵਰ ਕਰਾਂਗਾ। ਬਹੁਤ ਬਹੁਤ ਕੰਗ੍ਰੈਚੁਲੇਸ਼ਨ। ਸੋ ਏਕਤਾ, ਲਾਈਕ ਵਟਸ ਯੋਅਰ ਪ੍ਰੋਫਾਈਲ, ਵਟਸ ਯੋਅਰ ਅਕੈਡਮਿਕ ਪ੍ਰੋਫਾਈਲ, ਤੁਸੀਂ ਸ਼ੇਅਰ ਕਰੋ। ਯੈਸ ਸਰ, ਆਈ ਐਮ ਅ ਬੈਚਲਰ ਆਫ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਐਂਡ ਆਈ ਹੈਵ ਐਨ 80% ਐਗਰੀਗੇਟ ਇਨ ਮਾਈ ਬੀਟੈਕ। ਬਹੁਤ ਬੜੀਆ, ਕੰਗ੍ਰੈਚੁਲੇਸ਼ਨ ਫੋਰ ਦੈਟ, ਦੈਟ ਮਚ ਗੁੱਡ ਪਰਸੈਂਟੇਜ ਇਨ ਐਜੂਕੇਸ਼ਨ। ਐਂਡ ਨਾਓ ਆਈ ਪਰਸੂਡ ਮਾਈ ਕਰੀਅਰ ਇਨ ਦ ਸੇਮ ਫੀਲਡ ਐਂਡ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਦ ਨੈਟਵਰਕਿੰਗ ਐਂਡ ਕਲਾਊਡ ਕੰਪਿਊਟਿੰਗ। ਦੈਟਸ ਗੁੱਡ, ਬਿਕੋਜ਼ ਆਈ ਹੈਵ ਐਨ ਕੀਨ ਇੰਟਰਸਟ ਇਨ ਦਿਸ ਪਰਟੀਕੁਲਰ ਫੀਲਡ, ਦੈਟਸ ਵਾਈ ਆਈ ਵਾਂਟ ਟੂ ਚੂਜ਼ ਦਿਸ। ਸੋ ਵਟਸ ਯੋਰ ਆਈਐਲਟਸ ਸਕੋਰ? It's 6 each, total lessons 6 in each module. 6 overall, no more lessons 6 in each. So that's great. So like you have got very good percentage, you got IELTS. Like you're the regular student or there is a gap some in your profile? Yeah, I have a 3-year gap because I start my job in the same particular field. Okay, you are having 3 years experience. Yes, sir. So like when you pass your bachelor's? It's 2014. Now you're going for September 18. It's approximately 4-year plus experience, yes, just sir. Okay. So like you got 6 each, you applied for September, you got your visa. Koi message dena chahte ho na student liye who are still waiting for September or January intake? Yes sir, of course they apply here, and I think Landmark is best because I also searched various institutes, but they never give me a good counseling as well as never give me a good services. So I recommend them, please visit Landmark. So when you are planning to travel, like you have decided everything, like your flights, everything is already done? Yes sir, but Landmark helped me in a case of like choosing SIM card, accommodation and flights. But that's it's really really good. So thankful, and I wish you all the best for your Thank further you, sir. Time. Have a nice day. Thank you, ma'am.